ਹਰਪ੍ਰੀਤ ਸਿੰਘ ਜਵੰਦਾ ਦੀ ਕਹਾਣੀ ਦੋਵੀਂ ਦੁਕਾਨ ਮੋਰੀ ਟਾਂਗੇ ਤੋਂ ਹੇਠ ਉਤਰੇ ਉਹ ਆਪ ਤਾਂ ਅੰਦਰ ਆ ਵੜਿਆ ਪਰ ਬੇਬੇ ਅੰਦਰ ਨਾ ਵੜੇ ਆਖੀ ਜਾਵੇ ਵੇ ਦਰਸ਼ੂ ਕਾ ਨੂੰ ਪੈਸੇ ਖਰਚਦਾ ਹੈ ਹਾ ਵਾਲੀ ਚੰਗੀ ਭਲੀ ਤੇ ਹੈ ਅਜੇ ਹੋਰ 6 ਮਹੀਨੇ ਕੱਢ ਜਾਣੀ ਫਿਰ ਉਹਨੇ ੱੱਕੇ ਨਾਲ ਹੀ ਉਹਦਾ ਸੱਜਾ ਪੈਰ ਲੋਹਾ ਲਿਆ ਥਾਂ ਥਾਂ ਕਿੰਨੇ ਸਾਰੇ ਗੰਡੇ ਤਰੋਪੇ ਮੈਨੂੰ ਉਖਾਉਂਦਾ ਆਖਣ ਲੱਗਾ ਲਾਲਾ ਹੁਣ ਤੂੰ ਹੀ ਦੱਸੇ ਕਿੰਨੇ ਦਿਨ ਹੋਰ ਚੱਲ ਜੂ ਮੇਰਾ ਤੇ ਜੋੜਾ ਵੇਖਣਾ ਸੀ ਝਟਖਾਂ ਝਾਮ ਲਾਤੀ ਨਾਲ ਹੀ ਕਿੰਨੇ ਸਾਰੇ ਜੋੜੇ ਉਹਦੇ ਸਾਹਮਣੇ ਖਲਾਰਤੇ ਹੁਣ ਪਾਵੇ ਨਾ ਬਸ ਮੁੱਲ ਹੀ ਪੁੱਛੀ ਜਾਵੇ ਮੁੰਡੇ ਨੇ ਝਿੜਕਤੀ ਬੇਬੀ ਮੁੱਲ ਦੀ ਪਰਵਾਹ ਨਾ ਕਰ ਇਹ ਵੇਖ ਮੇਚ ਕਿਹੜੀ ਆਉਂਦੀ ਬੜੀ ਮੁਸ਼ਕਲ ਨਾਲ ਇੱਕ ਪੂਰੀ ਆਈ ਉਹਨੇ ਉੱਥੇ ਪੈਰੀਂ ਪੁਆਤੀ ਤੇ ਪੁਰਾਣੀ ਲੁਆ ਕੇ ਪਰਾਂ ਨੁਕਰੇ ਸੁੱਟ ਦਿਤੀ ਹੁਣ ਚੋਰ ਅੱਖ ਨਾਲ ਮੁਰਮੁਰ ਪੁਰਾਣੀ ਵੱਲ ਵੇਖੀ ਜਾਏ ਪੈਸੇ ਦੇਣ ਲੱਗਾ ਤਾਂ ਕੋਲ ਖਲੋਗੀ ਸ਼ਾਇਦ ਜਾਨਣਾ ਚਾਹੁੰਦੀ ਸੀ ਕਿ ਆਈ ਕਿੰਨੇ ਦੀ ਐ ਆਖਣ ਲੱਗ ਬੇਬੇ ਤੂੰ ਬਾਹਰ ਜਾ ਕੇ ਪਿੰਡ ਨੂੰ ਜਾਂਦੇ ਟਾਂਗੇ ਨੂੰ ਹੱਥ ਦੇ ਮੈਂ ਹੁਣੇ ਆਇਆ ਪਰ ਉੱਥੇ ਖਲੋਤੀ ਰਹੀ ਅਖੀਰ ਬਟੂਆ ਬੋਜੇ ਚ ਪਾਉਂਦਾ ਉਹ ਆਪ ਹੀ ਬਾਹਰ ਨੂੰ ਨਾ ਸੁੱਟਿਆ ਤੇ ਤੁਰੇ ਜਾਂਦੇ ਟਾਂਗੇ ਨੂੰ ਹੱਥ ਦੇ ਦਿੱਤਾ ਇਧਰ ਅੰਦਰ ਖਲੋਤੀ ਨੇ ਛੁਪਲੇ ਜਿਹੇ ਪੈਰੋਂ ਲੋਹਾਈ ਇੱਕ ਵਾਰ ਫੇਰ ਚੁੱਕ ਲਈ ਤੇ ਚੁੰਨੀ ਦੇ ਪੱਲੇ ਨਾਲ ਬੰਨ ਛੇਤੀ ਨਾਲ ਬਾਹਰ ਨੂੰ ਤੁਰ ਪਈ ਉਹਨਾਂ ਵੇਲਿਆਂ ਦੀ ਗੱਲ ਐ ਜਦੋਂ ਉੱਦੜੇ ਸੀ ਉਦੜੇ ਸੀ ਲੈ ਜਾਂਦੇ ਸਨ ਤੇ ਗੁੱਸੇ ਗਿਲੇ ਪੀ ਲੈ ਜਾਂਦੇ ਸਨ ਨਿੱਕੀ ਨਿੱਕੀ ਗੱਲ ਤੇ ਹਰ ਚੀਜ਼ ਕੂੜੇਦਾਨਾਂ ਦੇ ਭੇਟ ਨਹੀਂ ਸੀ ਚੜਿਆ ਕਰਦੀ ਧੰਨਵਾਦ